ਡਾਕਟਰ ਦਲੀਪ ਘੋਟਿਵਾਨ ਦਾ ਨੋਵਲ ਲੰਮੀ ਉਡਾਰੀ ਦਾ ਦਸਵਾਂ ਅੰਗ ਸ਼ੀਲਾ ਮੈਨੂੰ ਹਸਪਤਾਲ ਦੇ ਗੇਟ ਤੇ ਛੱਡ ਕੇ ਮੁੜ ਗਈ ਗੇਟ ਕੀਪਰ ਨੇ ਮੈਨੂੰ ਕੁਝ ਨਹੀਂ ਆਖਿਆ ਸ਼ਾਇਦ ਡਾਕਟਰ ਨੇ ਉਹਨੂੰ ਪਹਿਲਾਂ ਹੀ ਮੇਰੇ ਆਉਣ ਬਾਰੇ ਦੱਸਿਆ ਹੋਇਆ ਸੀ ਉਹ ਸਿਰਫ ਮੇਰੇ ਵੱਲ ਵੇਖ ਕੇ ਮੁਸਕਰਾਇਆ ਤੇ ਹੈਲੋ ਆਖੀ ਇਹ ਕੋਈ ਹਸਪਤਾਲ ਨਹੀਂ ਸੀ ਲੱਗਦਾ ਕਈ ਮੇਲਾਂ ਦੀ ਵਲਗਨ ਚ ਫੁੱਲ ਬੂਟੇ ਕਿਆਰੀਆਂ ਘਾਹ ਦਰਖਤ ਕਮਰੇ ਖੇਡਾਂ ਦੇ ਮੈਦਾਨ ਕਲੱਬ ਕੈਂਟੀਨ ਦੇ ਤਰ੍ਹਾਂ-ਤਰ੍ਹਾਂ ਦੇ ਹੋ ਰਹੇ ਕੰਮ ਕੋਈ ਕੁਝ ਕਰ ਰਿਹਾ ਸੀ ਕੋਈ ਕੁਝ ਉਪਰੀ ਨਜ਼ਰੇ ਆਮ ਸਧਾਰਨ ਸੰਸਾਰ ਲੱਗਦਾ ਸੀ ਪਰ ਧਿਆਨ ਨਾਲ ਦੇਖਿਆ ਇੱਕ ਅਜੀਬ ਢਿੱਲੇ ਜੋੜ ਵਾਲੀ ਦੁਨੀਆ ਦਿਖਤੀ ਸੀ ਜਿੱਥੇ ਕਿਸੇ ਦਾ ਹੱਥ ਜਾਂ ਤਾਂ ਉੱਠਦਾ ਹੀ ਨਹੀਂ ਸੀ ਤੇ ਜੇ ਉੱਠਦਾ ਸੀ ਤਾਂ ਹੋਰ ਪਾਸੇ ਨੂੰ ਹੀ ਲਮਕ ਜਾਂਦਾ ਕਿਸੇ ਕਿਸੇ ਦੀ ਤਕਣੀ 'ਚ ਕੋਈ ਤਕਣੀ ਨਹੀਂ ਸੀ ਤੇ ਕੋਈ ਉਹ ਜੱਡਾਂ ਵਰਗੀ ਹਾਸੀ ਹੱਸੇ ਜਾ ਰਿਹਾ ਸੀ ਕਈ ਵਿੱਚੋਂ ਬੜੇ ਆਰਾਮ ਨਾਲ ਕੰਮ ਕਰ ਰਹੇ ਸਨ ਜਿਵੇਂ ਉਹਨਾਂ ਨੂੰ ਕੁਝ ਹੋਇਆ ਹੀ ਨਹੀਂ ਸੀ ਤੇ ਕੁੜੀ ਆਖਦੇ ਨੇ ਸਾਰਾ ਦਿਨ ਵਾਲ ਹੀ ਵਾਂਦੀ ਰਹਿੰਦੀ ਸੀ ਇੱਕ ਵੱਖਰੀ ਦੁਨੀਆ ਸੀ ਸਾਹਮਣੇ ਫੁੱਲਾਂ ਦੀ ਕਿਆਰੀ ਕੋਲ ਘਾਹ ਉੱਤੇ ਬੈਠੀ ਗੀਤਾ ਪਰਸ ਵਿੱਚੋਂ ਪਾਊਡਰ ਦੀ ਡੱਬੀ ਕੱਢ ਸ਼ੀਸ਼ੇ 'ਚ ਆਪਣਾ ਮੂੰਹ ਵੇਖ ਰਹੀ ਸੀ ਹੈਲੋ ਗੀਤਾ ਮੈਂ ਕਿਹਾ ਉਹ ਮੇਰੇ ਵੱਲ ਚਾੱਕੀ ਪਰ ਬੋਲੀ ਖੁਸ਼ ਨੇ ਸਾਹਮਣੇ ਉਹ ਡਾਕਟਰ ਆ ਗਿਆ ਸ਼ਾਇਦ ਮੈਨੂੰ ਦੇਖ ਕੇ ਮੁਸਕਰਾ ਕੇ ਹੱਥ ਅੱਗੇ ਕਰਤਾ ਮੈਂ ਝਿਜਕਦੀ ਨੇ ਹੱਥ ਜੋੜ ਦਿੱਤੇ ਉਹ ਆਖੋ ਨੇ ਵੀ ਜਵਾਬ 'ਚ ਹੱਥ ਜੋੜੇ ਕੀ ਹਾਲ ਹੈ ਗੀਤਾ ਤੇਰਾ ਮੈਂ ਜਦੋਂ ਆਖਿਆ ਤਾਂ ਡਾਕਟਰ ਜਿਹੜਾ ਸ਼ਾਇਦ ਪੰਜਾਬੀ ਜਾਣਦਾ ਸੀ ਨੇ ਮੂੰਹ ਤੇ ਉਂਗਲ ਰੱਖ ਕੇ ਇਹ ਆਖਣ ਨੂੰ ਰੋਕਿਆ ਕਿਉਂਕਿ ਉੱਥੇ ਮਰੀਜ਼ਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਉਹ ਬਿਮਾਰ ਹੈ। ਗੀਤਾ ਬੜੀ ਸੋਹਣੀ ਲੱਗ ਰਹੀ ਹੈ ਮੈਂ ਗੱਲ ਬਦਲ ਕੇ ਕਿਹਾ ਤੈਨੂੰ ਪਤਾ ਹੈ ਮਿਸ ਰੋਜੀ ਦਾ ਉਹਨੇ ਮੇਰੀ ਕਿਸੇ ਵੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ ਰੋਜੀ ਕੌਣ ਮੈਂ ਪੁੱਛਿਆ ਤੂੰ ਰੋਜੀ ਨੂੰ ਨਹੀਂ ਜਾਣਦੀ ਮਿਸ ਬ੍ਰਿਟੇਨ ਪਤਾ ਨਹੀਂ ਉਹ ਇਡੀ ਸੋਹਣੀ ਕਿਵੇਂ ਹੈ ਗੀਤਾ ਨੇ ਪਰੇਸ਼ਾਨ ਜੀ ਹੋ ਕੇ ਕਿਹਾ ਤੁਸੀਂ ਗੱਲਾਂ ਕਰੋ ਮੈਂ ਜ਼ਰਾ ਆਫਿਸ 'ਚ ਬੈਠਦਾ ਆਂ ਆਖ ਡਾਕਟਰ ਗੀਤਾ ਨੂੰ ਇੱਕ ਗੋਲੀ ਖਵਾ ਕੇ ਚਲਾ ਗਿਆ ਤੁਹਾਨੂੰ ਪਤਾ ਹੈ ਡਾਕਟਰ ਮੈਨੂੰ ਪਿਆਰ ਕਰਦਾ ਹੈ ਗੀਤਾ ਨੇ ਮੇਰੇ ਕੋਲ ਹੁੰਦੀ ਨੇ ਹੌਲੀ ਦੇ ਕੇ ਕਿਹਾ ਮੈਂ ਜ਼ਰਾ ਕੋ ਹੱਸ ਪਈ ਮੈਂ ਸੱਚ ਆਖਦੀ ਆਂ ਆਖਦਾ ਸੀ ਤੂੰ ਬਹੁਤ ਬਿਊਟੀਫੁਲ ਐ ਬੇਬੀ ਤੈਨੂੰ ਪਤਾ ਹੈ ਮਰੀਜ਼ਾਂ ਦਾ ਤਾਂ ਬਹਾਨਾ ਐ ਅਸਲ 'ਚ ਇੱਥੇ ਮੈਨੂੰ ਮਿਲਣਾ ਆਉਂਦਾ ਬੜੇ ਰਾਜ਼ਦਾਨ ਤਰੀਕੇ ਨਾਲ ਗੀਤਾ ਨੇ ਮੈਨੂੰ ਦੱਸਿਆ ਉਹਦੀ ਅੱਖਾਂ 'ਚ ਇੱਕ ਨਸ਼ਾ ਜਿਹਾ ਸੀ ਸ਼ਾਇਦ ਹੁਣੇ ਦਿੱਤੀ ਗੋਲੀ ਨਾਲ ਪਹਿਲੀ ਵਾਰ ਮੈਨੂੰ ਲੱਗਿਆ ਗੀਤਾ ਦੇ ਦਿਮਾਗ ਨੂੰ ਸੱਚੀ ਕੁਝ ਹੋ ਗਿਆ। ਵਿਮਲ ਦਾ ਖਾਤਾ ਆਇਆ ਕੋਈ ਮੈਂ ਕੁਝ ਯਾਦ ਕਰਵਾਉਣ ਵਾਂਗ ਪੁੱਛਿਆ। ਵਿਮਲ ਆਖਦਾ ਹੁੰਦਾ ਸੀ ਸਾਰਾ ਦਿਨ ਹੱਸਦੀ ਪਾਗਲ ਲੱਗਦੀ ਐ। ਮੈਂ ਸੱਚੀ ਹੱਸਦੀ ਪਾਗਲ ਲੱਗਦੀ ਐ। ਉਹਨੇ ਰੋਣ ਹਾਕੀ ਆਵਾਜ਼ 'ਚ ਪੁੱਛਿਆ। ਨਹੀਂ ਹੱਸਦੀ ਤੂੰ ਬਹੁਤ ਸੋਹਣੀ ਲੱਗਦੀ ਐ। ਡਾਕਟਰ ਵੀ ਆਖਦਾ ਸੀ ਪਰ ਨਹੀਂ ਸ਼ਾਇਦ ਉਹ ਝੂਠ ਬੋਲਦਾ ਸੀ। ਇਹ ਸਾਰੇ ਆਦਮੀ ਝੂਠੇ ਕਿਉਂ ਹੁੰਦੇ ਨੇ? ਆਖਦੀ ਗੀਤਾ ਉਦਾਸ ਢੀ ਹੋ ਗਈ। ਵਿਮਲ ਦਾ ਖਾਤਾ ਆਇਆ ਸੀ ਮੈਂ ਫੇਰ ਪੁੱਛਿਆ। ਕਈ ਵਾਰੀ ਰਾਤ ਨੂੰ ਘਰ ਹੀ ਨਾ ਆਉਂਦਾ ਆਖਦਾ ਹੋਟਲ 'ਚ ਰਿਹਾ ਸੀ ਨਾਲ ਕੌਣ ਸੀ ਜਦੋਂ ਮੈਂ ਪੁੱਛਦੀ ਆਖਦਾ ਕੋਈ ਕੁੜੀ ਉਹ ਦੱਸ ਰਹੀ ਸੀ ਮੈਂ ਵੇਖਿਆ ਪਰ ਬੂਟੇ ਦੇ ਉੱਲੇ ਟੇਪ ਰਿਕਾਰਡਰ ਚੱਲ ਰਿਹਾ ਸੀ ਸ਼ਾਇਦ ਗੀਤਾ ਦੀਆਂ ਗੱਲਾਂ ਰਿਕਾਰਡ ਕਰਨ ਲਈ ਡਾਕਟਰ ਨੇ ਰਖਵਾਇਆ ਸੀ ਇੱਕ ਦਿਨ ਤੋ ਕਿਸੇ ਨੂੰ ਘਰ ਲੈ ਆਇਆ ਮੈਨੂੰ ਆਖਦਾ ਚਾਹ ਬਣਾ ਕੇ ਲਿਆ ਤੇ ਚਾਹ ਪੀ ਕੇ ਉਸੇ ਨਾਲ ਬਾਹਰ ਨੂੰ ਚਲੇ ਆ ਗਿਆ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਉਦੋਂ ਅਗਲੀ ਰਾਤ ਵੀ ਨਹੀਂ ਉਦੋਂ ਅਗਲੀ ਰਾਤ ਵੀ ਨਹੀਂ بس نیند ਹੀ ਆਉਣੋਂ ਹਟ ਗਈ ਇਹ ਗੱਲਾਂ ਮੈਂ ਡਾਕਟਰ ਨੂੰ ਨਹੀਂ ਦਸੀਆਂ ਕਿਸੇ ਨੂੰ ਵੀ ਨਹੀਂ ਦਸੀਆਂ ਜੀ ਕਰਦਾ ਕਿਸੇ ਤਰ੍ਹਾਂ ਨੀਂਦ ਆ ਜਾਏ بس ਜਾਗਾ ਹੀ ਨਾ ਡਾਕਟਰ ਦੇ ਕਮਰੇ 'ਚ ਚੱਲ ਕੇ ਕੁਝ ਪੀਏ ਉਹਨੇ ਆਪਣੇ ਸੁੱਕੇ ਬੁੱਲਾਂ ਉੱਤੇ ਜੀ ਫੇਰਦੀ ਨੇ ਕਿਹਾ ਤੈਨੂੰ ਪਤਾ ਹੈ ਐਲਿਜ਼ਾਬੈਥ ਟੇਲਰ ਜਿਹੜੀ ਇੱਕ ਫਿਲਮ 'ਚ ਕੰਮ ਕਰਨ ਦਾ 1 ਕਰੋੜ ਰੁਪਈਆ ਲੈਂਦੀ ਹੈ ਉਹਦੇ ਹਸਬੰਦ ਦਾ ਵੀ ਕਿਸੇ ਨਾਲ ਰੋਮਾਂਸ ਚੱਲ ਰਿਹਾ ਹੈ ਕੁਝ ਬਲਚ ਉਪਰ ਹੈ ਕਿ ਉਹ ਫੇਰ ਬੋਲੀ ਇਹ ਤਾਂ ਉਂਜੀ ਵਕਤੀ ਜੀਆਂ ਗੱਲਾਂ ਹੁੰਦੀਆਂ ਨੇ ਗੀਤਾ ਏਡੀਆਂ ਦਿਲ ਨੂੰ ਨਹੀਂ ਲਾਈਦੀਆਂ ਹੈਲੋ ਡਾਕਟਰ ਮੇਰੀ ਫਰੈਂਡ ਹੈ ਇੰਡੀਆ ਤੋਂ ਇੱਕ ਲੰਗੇ ਜਾਂਦੇ ਡਾਕਟਰ ਨੂੰ ਗੀਤਾ ਨੇ ਆਖਿਆ ਗੁੱਡ ਗੁੱਡ ਆਖਦਾ ਡਾਕਟਰ ਮੁਸਕਰਾਉਂਦਾ ਸਾਡੇ ਕੋਲੋਂ ਦੀ ਲੰਗਿਆ ਇਹ ਡਾਕਟਰ ਆਖਦਾ ਸੀ ਯੂ ਆਰ ਅ সুইਟ ਗਰਲ ਹੈਲੋ ਇੱਕ ਅਦਖੜ ਜੇ ਅੰਗਰੇਜ਼ ਨੇ ਆਪਣੀ ਪੈਂਟ ਨਾਲ ਹੱਥ ਪਹੁੰਚਦਿਆਂ ਕੋਲ ਆ ਕੇ ਕਿਹਾ ਹੈਲੋ ਜான் ਇਹ ਜான் ਹੈ ਟਾਈਲਾਂ ਵੜਾਉਂਦਾ ਹੁੰਦਾ ਮੈਨੂੰ ਕਿ ਟਾਈਲੈਂਡ ਦਾ ਘਰ ਬਣਾ ਕੇ ਦੇਊਗਾ ਮਾਰਗਰੀਟ ਕਾਰ ਦੇ ਹਾਦਸੇ ਚ ਮਰ ਗਈ ਐ ਤੈਨੂੰ ਪਤਾ ਐ ਜੌਨ ਮੈਨੂੰ ਆਖਦਾ ਸੀ ਤੂੰ ਮਾਰਗਰੀਟ ਜਿੰਨੀ ਸੋਹਣੀ ਐ ਲਵਲੀ ਗਰਲ ਜੌਨ ਨੇ ਕਿਹਾ ਤੇ ਸਾਡੇ ਕੋਲ ਝਾਕਦਾ ਗਾਂ ਨੂੰ ਤੁਰ ਗਿਆ ਸ਼ਾਇਦ ਉਹਨੇ ਡਾਕਟਰ ਨੂੰ ਆਉਂਦਿਆਂ ਵੇਖ ਲਿਆ ਸੀ ਵਿਸਕੀ ਦੇ ਦੋ ਗਲਾਸ ਡਾਕਟਰ ਆਪ ਲਈ ਆ ਰਿਹਾ ਸੀ ਗੀਤਾ ਨੇ ਇੱਕ ਗਲਾਸ ਖੁਸ਼ ਹੋ ਕੇ ਫੜ ਲਿਆ ਤੇ ਕਿਹਾ ਥੈਂਕਸ ਡਾਕਟਰ ਦੂਜਾ ਗਲਾਸ ਉਹਨੇ ਮੇਰੇ ਵੱਲ ਕੀਤਾ نو ਥੈਂਕਸ ਮੈਂ ਕਿਹਾ ਤੇ ਨਾਟ ਸਿਰ ਹਿਲਾਇਆ ਪਲੀਜ਼ ਡਾਕਟਰ ਆਖਦੀ ਗੀਤਾ ਨੇ ਦੂਜਾ ਗਲਾਸ ਵੀ ਫੜ ਲਿਆ ਡਾਕਟਰ ਮੁਸਕਰਾਉਂਦਾ ਮੁੜ ਗਿਆ ਮੈਂ ਹੈਰਾਨ ਹੋ ਰਹੀ ਸੀ ਲੈ ਆਪਣਾ ਗਲਾਸ ਉਹਨੇ ਆਪਣਾ ਇੱਕੋ ਸਾ ਖਾਲੀ ਕਰਕੇ ਦੂਜਾ ਮੇਰੇ ਵੱਲ ਵਧਾਉਂਦੇ ਨੇ ਕਿਹਾ ਨਹੀਂ ਮੈਂ ਨਹੀਂ ਕਦੇ ਪੀਤੀ ਮੈਂ ਕਿਹਾ ਤਾਂ ਕੀ ਹੈ ਪੀਣ ਨਾਲ ਕੀ ਹੁੰਦਾ ਕਾਸੇ ਨਾਲ ਵੀ ਕੁਝ ਨਹੀਂ ਹੁੰਦਾ ਤੇ ਗੱਲ ਸੁਣ ਜੇ ਮੈਂ ਇੱਥੇ ਮਰ ਗਈ ਤਾਂ ਬਿਮਲ ਨੂੰ ਆਖੀ ਪਰ ਨਹੀਂ ਉਹਨੂੰ ਤੂੰ ਕੁਝ ਨਾ ਆਖੀ ਆਖਦੀ ਪਰੇਸ਼ਾਨ ਜੀ ਹੋ ਕੇ ਵਿਸਕੀ ਦਾ ਦੂਜਾ ਗਲਾਸ ਵੀ ਪੀ ਗਈ ਕੀਤਾ ਤੂੰ ਐਡੀ ਪਰੇਸ਼ਾਨ ਕਾਦੇ ਲਈ ਹੁੰਨੀ ਐ ਸਾਰੇ ਆਦਮੀ ਕਦੇ ਨਾ ਕਦੇ ਭਟਕ ਹੀ ਆਏ ਹੁੰਦੇ ਨੇ ਉਹਨਾਂ ਲਈ ਇਹ ਗੱਲਾਂ ਖਾਸ ਮਾਇਨੇ ਨਹੀਂ ਰੱਖਦੀਆਂ ਹੋ ਸਕਦਾ ਪਿਆਰ ਉਹ ਸਿਰਫ ਤੈਨੂੰ ਹੀ ਕਰਦਾ ਹੋਵੇ ਨਾਲੇ ਜਿਸ ਬੰਦੇ ਨੂੰ ਤੂੰ ਪਿਆਰ ਕੀਤਾ ਜਿਸ ਨਾਲ ਵਿਆਹ ਕੀਤਾ ਉਹਦੀ ਇੰਨੀ ਕੋਈ ਗੱਲ ਵੀ ਮaaf ਨਹੀਂ ਕਰ ਸਕਦੀ ਚਾਹੇ ਅਤਸੀ ਕਿ ਸਭ ਕੁਝ ਭੁੱਲ ਜਾਵਾਂ ਪਰ ਨੀਂਦ ਨਹੀਂ ਸੀ ਆਉਂਦੀ ਮੈਂ ਹਾਰ ਗਈਆਂ ਮੈਂ ਹਾਰ ਗਈਆਂ ਮੇਰਾ ਹੁਣ ਕਿਦਰੇ ਦਿਲ ਨਹੀਂ ਲੱਗਦਾ ਨੀਂਦ ਵੀ ਨਹੀਂ ਆਉਂਦੀ ਮਾਂ ਉਡੀਕਦੀ ਹੋਏਗੀ ਤੈਨੂੰ ਮੈਂ ਗੱਲ ਹੋਰ ਪਾਸੇ ਪਾਉਣ ਲਈ ਕਿਆ ਮਾਂ ਮਾਂ ਤਾਂ ਬੇਵਕੂਫ ਔਰਤ ਹੈ ਫਲਾਂ ਪਾਪਾ ਕਦੇ ਵਾਪਸ ਜਾਊਗਾ ਨਾਲੇ ਕਿਉਂ ਜਾਊਗਾ ਟਾਈਲਾਂ ਕਬਰਾਂ ਤੇ ਵੀ ਤਾਂ ਲਾਉਂਦੇ ਹੋਣਗੇ ਤੂੰ ਇੱਥੋਂ ਦੀਆਂ ਕਬਰਾਂ ਦੇਖੀਆਂ ਨੇ ਇੱਥੇ ਲੋਕ ਬੜੀਆਂ ਹੀ ਸੋਹਣੀਆਂ ਕਬਰਾਂ ਬਣਾਉਂਦੇ ਨੇ ਤੂੰ ਤਾਂ ਚੱਲੀ ਹੋ ਗਈ ਮੈਂ ਭੋਲੇ ਭਾਕ ਹੈ ਛੱਲੀ ਹਾਂ ਨਹੀਂ ਚੱਲੀ ਆਖਦੀ ਗੀਤਾ ਨੇ ਵਿਸਕੀ ਵਾਲਾ ਗਲਾਸ ਧਰਤੀ ਉੱਤੇ ਪਟਕਾ ਮਾਰਿਆ ਕੋਲ ਪਿਆ ਦੂਜਾ ਵੀ ਝੁੱਕ ਕੇ ਪੰਨ ਦਿੱਤਾ ਖੜਕਾ ਸੁਣ ਕੇ ਡਾਕਟਰ ਆ ਗਿਆ ਮੁਸਕਰਾ ਕੇ ਅੰਗਰੇਜ਼ੀ ਚਾਖਣ ਲੱਗਾ ਤੂੰ ਬਹੁਤ ਅੱਛੀ ਲੜਕੀ ਹੈ ਬਹੁਤ ਪਿਆਰੀ ਵੀ ਚੰਗਾ ਕੀਤਾ ਤੋੜ ਦਿੱਤੇ ਇਹ ਗਲਾਸ ਸੋਹਣੇ ਨਹੀਂ ਸੀ ਹੋਰ ਵਧੀਆ ਲਿਆਵਾਂਗੇ ਗੀਤਾ ਇੱਕਦਮ ਜਿਵੇਂ ਪੰਗਰ ਗਈ ਉੱਠ ਕੇ ਕੱਚ ਦੀਆਂ ਕੀਚਰਾਂ ਚੁੱਕਣ ਲੱਗ ਪਈ ਨੀਂਦਾਂ ਦੇ ਤੇਰੇ ਹੱਥ ਵੱਜ ਜਾਣਗੀਆਂ ਸਿਸਟਰ ਆਪੇ ਚੁਗ ਲਏਗੀ ਉਹਨੇ ਗੀਤਾ ਦਾ ਹੱਥ ਫੜਕੇ ਉਹਨੂੰ ਉਠਾ ਲਿਆ ਆਓ ਅੰਦਰ ਬੈਠੀਓ ਬੋਲਿਆ ਉਹਦੇ ਕਮਰੇ ਚ ਜਾ ਕੇ ਗੀਤਾ ਸੋਫੇ ਤੇ ਟਿੱਡੀ ਹੋ ਗਈ ਡਾਕਟਰ ਨੇ ਇੱਕ ਗੋਲੀ ਤੇ ਪਾਣੀ ਦਾ ਗਲਾਸ ਹੱਥ ਚ ਫੜਕੇ ਉਹਨੂੰ ਹਲੂਣਿਆਂ ਤੇ ਕਿਹਾ ਗੋਲੀ ਮੇਰੇ ਤੋਂ ਗੋਲੀ ਲੈਣਗੀ ਤਾਂ ਨੇ ਡੋਰ ਪਰ ਰੱਖਾਂ ਨਾਲ ਉਸ ਵੱਲ ਤੱਕਿਆ ਲੈ ਗੋਲੀ ਖਾ ਲੈ ਡਾਕਟਰ ਨੇ ਜਦੋਂ ਕਿਹਾ ਉਹਨੇ ਚੁੱਪਚਾਪ ਗੋਲੀ ਖਾ ਲਈ ਮੁਰ ਸੋਫੇ ਤੇ ਟੇਡੀ ਹੋ ਗਈ ਕੁਝ ਮਿੰਟਾਂ ਮਗਰੋਂ ਉੱਥੇ ਹੀ ਸੌਂ ਗਈ ਇਸ ਤੋਂ ਪਿੱਛੋਂ ਡਾਕਟਰ ਉਸ ਬਾਰੇ ਕਿੰਨਾ ਹੀ ਚਿਰ ਮੇਰੇ ਕੋਲੋਂ ਪੁੱਛਦਾ ਰਿਹਾ ਤੇ ਨੋਟ ਕਰਦਾ ਰਿਹਾ ਅਸਲ 'ਚ ਇਹਨੂੰ ਸ਼ੌਕ ਲੱਗਾ ਡਾਕਟਰ ਨੇ ਦੱਸਿਆ ਮੁਸੀਬਤ ਇਹ ਹੈ ਕਿ ਆਪਣੇ ਪਤੀ ਨੂੰ ਬਹੁਤ ਚਾਹੁੰਦੀ ਹੈ ਤੇ ਜੇ ਜੋ ਕੁਝ ਹੋਇਆ ਉਹਨੂੰ ਭੁੱਲ ਜਾਣਾ ਚਾਹੁੰਦੀ ਹੈ ਤੇ ਇਸ ਪ੍ਰੋਸੈਸ ਵਿੱਚ ਆਪਣੇ ਆਪ ਨੂੰ ਭੁੱਲਦੀ ਜਾ ਰਹੀ ਹੈ ਡਾਕਟਰ ਨੇ ਕੁਝ ਪਲ ਚੁੱਪ ਰਹਿ ਕੇ ਕਿਹਾ ਤੇ ਫਿਰ ਕੁਝ ਸੋਚ ਕੇ ਆਖਣ ਲੱਗਾ ਬਰੇਸਾ ਇਡੀ ਸ਼ੌਕ ਲੱਗਣ ਵਾਲੀ ਕਿਹੜੀ ਗੱਲ ਸੀ ਤੁਸੀਂ ਹਿੰਦੁਸਤਾਨੀ ਔਰਤਾਂ ਬੰਦੇ ਨੂੰ ਬੰਨਾ ਕਿਉਂ ਨਹੀਂ ਸਮਝਦੀਆਂ ਅੰਗ 11ਵਾਂ 15 ਅੰਕ ਦਿਨ ਮਗਰੋਂ 24 ਤਰੀਕ ਨੂੰ ਮੈਂ ਵਾਪਸ ਇੰਡੀਆ ਲਈ ਜਹਾਜ਼ ਫੜਨਾ ਸੀ ਗੀਤਾ 15 ਦਿਨ ਹਸਪਤਾਲ ਰਹਿ ਕੇ ਵਾਪਸ ਘਰ ਆ ਗਈ ਸੀ ਹੁਣ ਉਹ ਕਾਫੀ ਠੀਕ ਸੀ ਦੋ ਦਿਨ ਪਹਿਲਾਂ ਮੈਂ ਫੋਨ ਕੀਤਾ ਗੀਤਾ ਹਾਂ ਉਹ ਬੋਲੀ ਪਰਸੋਂ ਮੈਂ ਵਾਪਸ ਜਾਣਾ ਹੈ ਰਾਤ ਨੂੰ 2 ਵਜੇ ਜਹਾਜ਼ ਫੜਨਾ ਹੈ ਕਰਸਨ ਸਵੇਰੇ ਇੱਥੋਂ ਚੱਲਾਂਗੀ ਤੈਨੂੰ ਮਿਲਣ ਆਵਾਂਗੀ ਬਿਮਲੀ ਕੋਈ ਸੁਨੇਹਾ ਦੇਣਾ ਜਾਂ ਕੋਈ ਚੀਜ਼ ਭੇਜਣੀ ਹੈ ਬਿਮਲ ਬਿਜਲੀ ਦੇ ਸ਼ੌਕ ਲੱਗੇ ਸਨ ਮੈਨੂੰ ਮਹਿਸੂਸ ਹੋਣੀ हट ਗਿਆ ਹੁਣ ਕੁਝ ਵੀ ਮਹਿਸੂਸ ਨਹੀਂ ਹੁੰਦਾ ਕੁਝ ਵੀ ਜਿਵੇਂ ਯਾਦ ਨਹੀਂ ਕੁਝ ਸੋਚਣ ਦੀ ਕੋਸ਼ਿਸ਼ ਕਰਦੀਆਂ ਤਾਂ ਸੋਚ ਹੀ ਨਹੀਂ ਹੁੰਦਾ ਗੱਲ ਹੋਰ ਦੀ ਹੋਰ ਪਾਸੇ ਨੂੰ ਟੁਰ ਜਾਂਦੀ ਹੈ ਕੋਈ ਸਿਰ ਪੈਰ ਹੀ ਨਹੀਂ ਲੱਗਦਾ ਪਤਾ ਨਹੀਂ ਕੀ ਉੱਟ ਪਟਾੰਗ ਦਿਮਾਗ ਚੋਂ ਲੰਘਦਾ ਰਹਿੰਦਾ ਸਮਝ ਨਹੀਂ ਲੱਗਦੀ ਮੇਰਾ ਦਿਮਾਗ ਜਿਵੇਂ ਸੁੰਨ ਜਿਹਾ ਹੋ ਗਿਆ ਮੈਂ ਚਾਰੇ ਪਾਸੇ ਅੱਖਾਂ ਉਗੇੜ ਉਗੇੜ ਕੇ ਦੇਖਦੀ ਆ ਕੁਝ ਪਤਾ ਚਾਹੀ ਨਹੀਂ ਲੱਗਦਾ ਜਿਵੇਂ ਚਾਰੇ ਪਾਸੇ ਧੁੰਦ ਹੀ ਧੁੰਦ ਹੋਵੇ ਤੂੰ ਠੀਕ ਹੋ ਜਾ ਇੰਡੀਆ ਮਾਂ ਉਡੀਕਦੀ ਹੋएगी ਮਾਂ ਮਾਂ ਦੀ ਹੁਣ ਤਾਂ ਯਾਦ ਨਹੀਂ ਆਉਂਦੀ ਤੈਨੂੰ ਇੱਕ ਹੋਰ ਗੱਲ ਦੱਸਾਂ ਮੈਨੂੰ ਇਹੀ ਭੁੱਲ ਗਿਆ ਕਿ ਬਿਮਲਦੀਸ਼ ਸ਼ਕਲ ਕਿਉਂ ਜੀ ਹੈ ਕੱਲ ਮੈਂ ਯਾਦ ਕਰਦੇ ਰਹੀ ਯਾਦ ਹੀ ਨਹੀਂ ਆਈ ਅੱਛਾ ਪਰਸੋਂ ਆਵਾਂਗੀ ਸ਼ਾਮ ਨੂੰ ਮੈਂ ਗੱਲ ਮੁਕਾਈ ਤੀਸਰੇ ਦਿਨ ਦੁਪਹਿਰੇ ਅਸੀਂ ਲੰਡਨ ਨੂੰ ਤੁਰ ਪਏ ਸ਼ਰਨੋ ਰਾਨੂੰ ਫੋਨ ਕਰਦੀਏ ਭੈਣ ਜੀ ਹਰਚੰਦ ਨੇ ਪੁੱਛਿਆ ਰਹਿੰਦੇ ਮੈਂ ਕਿਹਾ ਸੋਚੇ ਆਪੇ ਜਾਣ ਮਗਰੋਂ ਪਤਾ ਲੱਗ ਜਾਊਗਾ ਥਣੇ ਅਸੀਂ ਗੀਤਾ ਦੇ ਘਰ ਪਹੁੰਚੇ ਉਹ ਘਰ ਨਹੀਂ ਸੀ ਪਾਪਾ ਨੇ ਦੱਸਿਆ ਤੇਰੇ ਆਉਣ ਦਾ ਉਹਨੂੰ ਪਤਾ ਤਾਂ ਸੀ ਪਤਾ ਨਹੀਂ ਕਿੱਥੇ ਚਲੀ ਗਈ ਐ ਅੱਗੇ ਨਾਲੋਂ ਤਾਂ ਬਹੁਤ ਠੀਕ ਐ ਕੱਲ ਦੀ ਕੁਝ ਉਦਾਸ ਠੀਈ ਸੀ ਸਾਰਾ ਦਿਨ ਬਿਸਤਰੇ 'ਚ ਹੀ ਪਈ ਰਹੀ ਕੁਝ ਖਾਦਾ ਪੀਤਾ ਵੀ ਨਹੀਂ ਰਾਤ ਦੇ 10-11 ਵਜੇ ਤੱਕ ਅਸੀਂ ਉਹਨੂੰ ਦੇਖਦੇ ਰਹੇ 12 ਵਜੇ ਤਾ ਐਰਪੋਰਟ ਤੇ ਪਹੁੰਚਣਾ ਸੀ ਕੱਲ ਪਤਾ ਨਹੀਂ ਕੀ ਜੀ ਚਾਈ ਮੇਰੀ ਤਸਵੀਰ ਭੁੰਜੇ ਪਟਕਾ ਮਾਰੀ ਪਾਪਾ ਨੇ ਫਟੀ ਫੋਟੋ ਵੱਲ ਹੱਥ ਕਰਕੇ ਦੱਸਿਆ ਮੈਂ ਕੀ ਆਖਦੀ ਭਾਰੀ ਤੇ ਭਰੇ ਮਨ ਨਾਲ ਉੱਥੋਂ ਤੁਰਾਈ ਸ਼ਾਇਦ ਮੇਰਾ ਮੂੰਹ ਹੋਰ-ਹੋਰ ਤਰ੍ਹਾਂ ਦਾ ਹੋ ਗਿਆ ਸੀ ਜਿਸ ਕਰਕੇ ਇਹਨਾਂ ਮੁਲਕਾਂ 'ਚ ਰਹਿੰਦੇ ਇਹਨਾਂ ਮੁਲਕਾਂ ਦੇ ਲੋਕਾਂ ਵਾਂਗ ਹੀ ਸੋਚਦੇ ਹਰਚੰਦ ਨੇ ਕਿਹਾ ਤੁਸੀਂ ਐਡੇ ਪਰੇਸ਼ਾਨ ਕਿਉਂ ਹੋ ਰਹੇ ਹੋ ਭੈਣ ਜੀ ਇਹਨਾਂ ਦਾ ਗੀਤਾ ਬਾਰੇ ਸੋਚਦੇ ਆਂ ਇਹ ਹਾਲ ਹੋ ਗਿਆ ਹੈ ਤੇ ਪ੍ਰੋਫੈਸਰ ਸਾਹਿਬ ਨਾ ਸੱਚ ਜੀਜਾ ਜੀ ਇੰਉਂ ਕਰਨ ਦਾ ਖਬਰੇ ਕੀ ਹਾਲ ਹੋਵੇ ਨੀਰਜਾ ਨੇ ਹੱਸ ਕੇ ਕਿਹਾ ਉਸ ਭਲੇ ਮਾਨਸ ਦਾ ਦਿਮਾਗ ਫਿਰਿਆ ਵੀ ਇੰਉਂ ਕਰੂ ਹਰਚੰਦ ਜਿਵੇਂ ਨੀਰਜਾ ਦੀ ਗੱਲ ਤੋਂ ਤਲਖ ਹੋ ਕੇ ਬੋਲਿਆ ਬੰਦੇ ਦੇ ਦਿਮਾਗ ਫਿਰਦੇ ਨੂੰ ਕਿਹੜਾ ਚਿਰ ਲੱਗਦਾ ਹੈ ਨੀਰਜਾ ਨੇ ਜਵਾਬ ਦਿੱਤਾ ਇਹਨਾਂ ਨਾਲੋਂ ਕਿਸੇ ਵਧੀਆ ਚੀਜ਼ ਲਈ ਦਿਮਾਗ ਫਿਰ ਸਕਦਾ ਨਾ ਜਦੋਂ ਦਿਮਾਗ ਫਿਰਦਾ ਵਧੀਆ ਘਟਿਆ ਦੀ ਤਮੀਜ਼ ਕਿੱਥੇ ਰਹਿ ਜਾਂਦੀ ਹੈ ਨਾਲੇ ਤੂੰ ਸੋਚਦਾ ਮਿਲੇ ਇਹ ਤੇਰੀ ਭੈਣ ਨਾਲੋਂ ਦੁਨੀਆ 'ਚ ਵਧੀਆ ਚੀਜ਼ ਹੀ ਕੋਈ ਨਹੀਂ। ਨੀਰਜ ਨੇ ਉਹਨੂੰ ਖਿਜਾਉਣ ਵਾਂਗ ਕਿਹਾ, "ਨਹੀਂ ਸਾਡੇ ਪ੍ਰੋਫੈਸਰ ਸਾਹਿਬ ਦਾ ਤਾਂ ਕਿਸੇ ਵਧੀਆ ਚੀਜ਼ ਲਈ ਵੀ ਦਿਮਾਗ ਨਹੀਂ ਫੇਰਨ ਲੱਗਿਆ। ਤੁਸੀਂ ਕਿਉਂ ਝਗੜਦੇ ਹੋ?" ਮੈਂ ਕਿਹਾ, "ਇਨਾ ਯਕੀਨ ਹੈ ਤੁਹਾਨੂੰ ਉਹਨਾਂ ਤੇ?" ਨੀਰਜ ਨੇ ਗੰਭੀਰ ਹੋ ਕੇ ਪੁੱਛਿਆ, "ਹਾਂ। ਬਹੁਤਾ ਯਕੀਨ ਨਹੀਂ ਕਰੀਦਾ ਕਿਸੇ ਤੇ ਕਿਉਂਕਿ ਜਦੋਂ ਯਕੀਨ ਟੁੱਟਦਾ ਓਨਾ ਹੀ ਬਹੁਤ ਦੁੱਖ ਹੁੰਦਾ ਫਿਰ।" ਉਹ ਬੋਲੀ, "ਮੈਨੂੰ ਜਿਹਾ ਕੋਈ ਡਰ ਨਹੀਂ।" ਮੈਂ ਕਿਹਾ, ਇਹ ਠੀਕ ਨਹੀਂ ਨੀਰਜਾ ਆਗਰਚੰਦ ਹੱਸ ਪਿਆ। 에어ਪੋਰਟ ਪਹੁੰਚ ਗਏ। ਸਾਨੂੰ ਗੇਟ ਕੋਲ ਲਹਾ ਹਰਚੰਦ ਕਾਰ ਪਾਰਕ ਕਰਨ ਚਲਾ ਗਿਆ। ਥੰਮਲੇ ਕੋਲ ਗੋਡਿਆਂ 'ਚ ਸਿਰ ਦੇਈ ਬੈਠੀ ਗੀਤਾ ਨੇ ਉਹ ਤਾਂ ਦੇਖਿਆ। ਟੱਕ ਲਾ ਕੇ ਦੇਖਦੀ ਰਹੀ ਗੀਤਾ। ਮੈਂ ਕੋਲ ਜਾ ਕੇ ਝੁੱਕ ਕੇ ਉਹਦਾ ਹੱਥ ਫੜ ਕੇ ਕਿਹਾ ਉੱਠ ਕੇ ਉਹ ਡੱਡਰੇ ਵਾਂਗ ਮੈਨੂੰ ਚਿੰਬੜ ਗਈ। ਠੰਡ ਕਾਫੀ ਸੀ ਪਰ ਗੀਤਾ ਨੂੰ ਸ਼ਾਇਦ ਖਿਆਲ ਨਹੀਂ ਸੀ। ਉਹਨੂੰ ਤਾਂ ਸ਼ਾਇਦ ਹੁਣ ਕਾਸੇ ਦਾ ਵੀ ਖਿਆਲ ਨਹੀਂ ਸੀ। ਟਰੌਜ਼ਰ ਜਿਹੜਾ ਉੱਪਰ ਕਮੀਜ਼ ਉਹਨੇ ਪਾਇਆ ਹੋਇਆ ਸੀ ਉਹ ਵੀ ਮੋਢੇ ਤੇ ਫਟਿਆ ਹੋਇਆ ਸੀ ਸ਼ਾਇਦ ਕਿਧਰੋਂ ਖੁੰਗੀ ਲੱਗੀ ਸੀ ਤੂੰ ਵਾਪਸ ਇੰਡੀਆ ਜਾ ਰਹੀ ਹੈ ਉਹਨੇ ਮੇਰਾ ਹੱਥ ਫੜ ਕੇ ਪੁੱਛਿਆ ਹਾਂ 2 ਵਜੇ ਫਲਾਈਟ ਹੈ ਮੈਂ ਦੱਸਿਆ ਮੈਂ ਵੀ ਜਾਣਾ ਸੀ ਉਹਨੇ ਜਿਵੇਂ ਰੋਣ ਹਾਕੀ ਆਵਾਜ਼ ਚ ਕਿਹਾ ਗੀਤਾ ਘਰ ਪਾਪਾ ਪਰੇਸ਼ਾਨ ਹੋ ਰਹੇ ਸੀ ਤੂੰ ਦੱਸ ਕੇ ਤਾਂ ਆਉਣਾ ਸੀ ਮੈਂ ਸੋਚਿਆ ਤੂੰ ਮੈਨੂੰ ਮੇਨੇ ਮਿਲੇ ਬਿਨਾਂ ਹੀ ਚਲੀ ਜਾਏ ਜਹਾਜ਼ ਕਿਤੇ ਪਹਿਲਾਂ ਹੀ ਨਾ ਚਲਿਆ ਜਾਏ ਤੂੰ ਬਿਮਲ ਨੂੰ ਆਖੀ ਮੇਰੀ ਬਾਹਾਂ 'ਚ ਬੜਾ ਦਰਦ ਹੋ ਰਿਹਾ ਹੈ ਮੈਂ ਜੌਨ ਦੇ ਚਪੇੜ ਮਰੀ ਅੱਜ ਸਾਲੇ ਮੈਂ ਕੋਈ ਐਸੀ ਵੈਸੀ ਕੁੜੀ ਆ ਮੇਰਾ ਹਸਬੰਡ ਦੇਖਿਆ ਤੈਨੂੰ ਕੱਚੇ ਨੂੰ ਖਾ ਜਾਵੇ ਮੈਂ ਦੱਸੂ ਉਹਨੂੰ ਮਾਰਗਰੇਟ ਮੈਨੂੰ ਪਿਕੈਡਲੀ ਸਰਕਸ ਲੈ ਗਈ ਮੈਂ ਤਾਂ ਸ਼ਰਮ ਨਾਲ ਮਰੀ ਗਈ ਉਹਨੂੰ ਖਬਰੇ ਡਾਕਟਰ ਨੇ ਆਖਿਆ ਸੀ ਕੁੱਤਾ ਸੁਹਾ ਦੇਖੇ हे ਪ੍ਰਮਾਤਮਾ ਇਹ ਕਿਹੋ ਜਿਹਾ ਮਾੜੇ ਲੋਕ ਨੇ ਬਿਮਲ ਨੂੰ ਆਖੀ ਮੈਨੂੰ ਇੱਥੋਂ ਲੈ ਜਾ ਜੇ ਮੇਰਾ ਜੀ ਨਹੀਂ ਲੱਗਦਾ ਇੱਥੇ ਤੁਹਾਨੂੰ ਪਤਾ ਹੈ ਬਿਮਲ ਮੈਨੂੰ ਬਹੁਤ ਪਿਆਰ ਕਰਦਾ ਹੈ ਸਾਡੀ ਸ਼ਾਦੀ ਹੋਈ ਸੀ ਨਾ ਆਮ ਹਿਸ ਵਾਈਫ ਮੇਰਾ ਸਾਰਾ ਜਿਸਮ ਟੁੱਟ ਰਿਹਾ ਹਾਂ ਮੈਂ ਕੀ ਗੱਲ ਕਰ ਰਹੀ ਸੀ ਭੈਣ ਜੀ ਜ਼ਰ ਕਸਟਮ ਵਾਲਿਆਂ ਵੱਲ ਹੋ ਆਓ ਫਾਰਮ ਜਿਆ ਭਰਨਾ ਹੈ ਹਰ ਚੰਦ ਨਹੀਂ ਗਿਆ ਅੱਛਾ ਆਖ ਮੈਂ ਗੀਤਾ ਵੱਲ ਚਾਕੀ ਰੁੱਖੇ ਖੁੱਲੇ ਉਲਝੇ ਵਾਲ ਮੋਢਿਆਂ ਤੋਂ ਪਾਟਿਆ ਕਮੀਜ਼ ਉਦਾਸ ਬੁੰਦ ਲੀਆਂ ਅੱਖਾਂ ਮਾੜੀ ਜੀ ਹੋਈ ਹੋਈ ਤੇ ਮੈਨੂੰ ਯਾਦ ਆਈ 3 ਸਾਲ ਪਹਿਲਾਂ ਵਾਲੀ ਗੀਤਾ ਜਿਹੜੀ ਬੰਦੇ ਨੂੰ ਬੰਦਾ ਕਿਹੜਾ ਸਮਝਦੀ ਸੀ ਤੇ ਟਿੱਚਕਰ ਬਿਨਾਂ ਗੱਲ ਨਹੀਂ ਸੀ ਕਰਦੀ ਹੁੰਦੀ ਗੀਤਾਂ ਤੋਂ ਬਿਮਲ ਨੂੰ ਸਜ਼ਾ ਦਿੰਦੀ ਨੇ ਆਪਣੇ ਆਪ ਨੂੰ ਵੀ ਕਿਹੋ ਜੀ ਸਜ਼ਾ ਦੇ ਲਈ ਮੈਂ ਸੋਚਿਆ ਤੇ ਮੈਨੂੰ ਗੀਤਾ ਦੇ ਬੋਲ ਯਾਦ ਆਏ ਖਬਰੇ ਕਦੇ ਮਾਂ ਨੇ ਪਾਪਾ ਨੂੰ ਬਦਲ ਸੀਸ ਦਿੱਤੀ ਹੋਵੇ ਕਿ ਤੇਰੇ ਵੀ ਘਰ ਧੀ ਹੋਵੇ ਤੇ ਨੀਰਜਾ ਤੇਰਾ ਭਾਈ ਹੈ ਗੀਤਾ ਨੇ ਹਰਚੰਦ ਵੱਲ ਹੱਥ ਕਰਕੇ ਪੁੱਛਿਆ ਨਹੀਂ ਇਹ ਮੇਰਾ ਸਭੋ ਕੁਝ ਹੈ ਨੀਰਜਾ ਨੇ ਹੱਸ ਕੇ ਕਿਹਾ ਤੂੰ ਹੱਸ ਰਹੀ ਹੈ ਦੇਖੇ ਹੱਸ ਵੀ ਸਕਦੀ ਹੈ ਦੇਖ ਡੋਰਪੌਰ ਨੀਰਜਾ ਵੱਲ ਝਾਕਦੀ ਮੈਨੂੰ ਆਖਣ ਲੱਗੀ अच्छा मैं होनी आई तैनू गीता नीरजा और ई घर ਛੱਡ ਜਾਣਗੇ ਆਖ ਮੈਂ ਪਾਸਪੋਰਟ ਚੈੱਕ ਕਰਵਾਉਣ ਅੰਦਰ ਗਈ 15-20 ਮਿੰਟਾਂ ਮਗਰੋਂ ਜਦੋਂ ਮੈਂ ਵਾਪਸ ਆਈ ਸਾਹਮਣੇ ਕੁਲਜੀਤ ਖੜਾ ਸੀ ਨਾਲ ਰਾਣੀ ਸੀ ਤੁਸੀਂ ਭੈਣ ਜੀ ਦੱਸਿਆ ਨਹੀਂ ਨਾ ਸੀ ਬਈ ਜਾ ਰਹੇ ਹੋ ਮੈਂ ਗਲਾਸਕੋ ਫੋਨ ਕੀਤਾ ਵੀ ਭੈਣ ਜੀ ਕਦੋਂ ਜਾ ਰਹੇ ਨੇ ਪਤਾ ਲੱਗਿਆ ਉਹ ਤਾਂ ਚੜਾਉਣ ਗਏ ਹੋਏ ਨੇ ਅੱਜ ਰਾਤੀ ਜਹਾਜ਼ ਫੜਨਾ ਮੈਂ ਸ਼ਰਨੂ ਰਣੂ ਵੀ ਫੋਨ ਕਰਤਾ ਸੀ ਬਿਨਾ ਮਿਲੇ ਹੀ ਤੁਰ ਚਲੇ ਸੀ ਮੈਂ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ ਅਜੇ ਇੱਥੇ ਆ ਜਾਓ ਪ੍ਰੋਫੈਸਰ ਸਾਹਿਬ ਨੂੰ ਆਖੋ ਚਲੋ ਮੰਨ ਲਿਆ ਅਗਲੇ ਸਾਲ ਮੈਂ ਆਪਣੀ ਧੀ ਵੀ ਇੱਥੇ ਲੈ ਆਉਣੀ ਐ ਬਿਸ਼ੱਕ ਆਖ ਦਿਓ ਉਹਨੂੰ ਜਾ ਕੇ ਪ੍ਰੋਫੈਸਰ ਸਾਹਿਬ ਨੂੰ ਮੇਰਾ ਸਲਾਮ ਆਖਣਾ ਉਹ ਕਹਿੰਦਾ ਗਿਆ ਅੱਛਾ ਅੱਛਾ ਮੈਂ ਹੱਸ ਕੇ ਕਿਹਾ ਲਓ ਆਗੇ ਉਹ ਵੀ ਕੁਲਜੀਤ ਬੋਲਿਆ ਸਾਹਮਣੇ ਉਹ ਸ਼ਰਨ ਤੇ ਜੀਤ ਤੁਰੇ ਆ ਰਹੇ ਸੀ ਅਸੀਂ ਨਹੀਂ ਬੋਲਦੇ ਤੁਹਾਡੇ ਨਾਲ ਜੀਤ ਕੋਲ ਆ ਕੇ ਬੋਲੀ ਤੂੰ ਆਖਦੀ ਸੀ ਨਾ ਕਿਸ ਸ਼ਰਨ ਜਦੋਂ ਇਉਂ ਕਿਸੇ ਨੂੰ ਜਹਾਜ਼ ਚੜਾਉਣ ਜਾਂਦਾ ਤੇ ਇਹਦਾ ਜੀ ਬੜਾ ਥੋੜਾ ਹੋ ਜਾਂਦਾ ਮੈਂ ਕਿਹਾ ਇਸੇ ਕਰਕੇ ਤਾਂ ਅਸੀਂ ਲੱਕੀ ਤੇ ਮਨਦੀਪ ਨੂੰ ਨਾ ਨਹੀਂ ਨਾਲ ਲਿਆਏ ਵੀ ਉਹਨਾਂ ਨੇ ਤਾਂ ਰੋ ਨਹੀਂ ਲੱਗ ਜਾਣਾ ਜੀਤ ਬੋਲੀ ਤੇ ਜਿਉਂ ਚਲੇ ਜਾਣਾ ਸੀ ਇਹਦੂ ਤਾਂ ਆਉਂਦੀ ਨਾ ਫਿਰ ਰਾਣੀ ਬੋਲੀ ਲੈ ਜਾਣਾ ਨਹੀਂ ਹੁਣ ਇਹਨਾਂ ਨੇ ਆਪਣੇ ਘਰ ਨੂੰ ਸ਼ਰਨੇ ਗੱਲ ਬਾਕੀਆਂ ਦੀ ਤਾਂ ਬਹੁਤੀ ਜਿਵੇਂ ਆਪਣੇ ਆਪ ਨੂੰ ਆਖੀ ਮੈਂ ਚਾ ਲਿਓ ਨਾ ਜੀ ਹੈਗਾ ਟਾਈਮ ਆਖ ਸ਼ਰਨ ਬਿਨਾਂ ਕਿਸੇ ਦਾ ਜਵਾਬ ਉਡੀਕ ਕੇ ਅੰਚਲ ਹੰਚ ਲਾ ਗਿਆ ਅਸਲ 'ਚ ਉਹ ਇੱਧਰ ਉੱਧਰ ਰੁਜਿਆ ਰਹਿਣਾ ਚਾਹੁੰਦਾ ਸੀ ਜਿਵੇਂ ਆਖਣਾ ਚਾਹੁੰਦਾ ਹੋਵੇ ਕਿ ਫਿਰ ਕੀ ਐ ਆਖਰ ਭੈਣਜੀ ਨੇ ਜਾਣਾ ਹੀ ਸੀ ਨਹੀਂ ਮੈਂ ਜੀ ਥੋੜਾ ਨਹੀਂ ਕਰ ਰਿਆ ਲੋਕ ਭੈਣਾ ਨੂੰ ਸੌਰੀ ਵੀ ਤਾਂ ਤੋੜਦੇ ਹੀ ਨਹੀਂ ਇੱਥੇ ਖੜੀ ਖੜੀ ਤੁਹਾਡੀ ਸਹੇਲੀ ਤਾਂ ਪਤਾ ਨਹੀਂ ਕਿੱਧਰ ਚਲੀ ਗਈ ਬਿੱਲਾ ਸਾਰੇ ਇੱਧਰ ਉੱਧਰ ਦੇਖ ਕੇ ਵੀ ਆਇਆ ਨੀਰਜ ਨੇ ਮੈਨੂੰ ਦੱਸਿਆ ਗੀਤਾ ਇਸ ਵੇਲੇ ਹਨੇਰੇ 'ਚ ਠੰਡ 'ਚ ਪਰਦੇਸ 'ਚ ਇਕੱਲੀ ਕਿੱਥੇ ਜਾਏਗੀ ਫਿਰ ਉਹਦੀ ਸੁਰਤ ਵੀ ਤਾਂ ਬਹੁਤੀ ਟਿਕਾਣੀ ਨਹੀਂ ਮੈਨੂੰ ਫਿਕਰ ਹੋ ਰਿਆ ਸੀ ਉਫ ਹੋ ਸਕਦਾ ਕੱਲ ਨੂੰ ਕਿਸੇ ਸੜਕ ਤੇ ਕਿਸੇ ਪੁਲ ਹੇਠ ਕਿਸੇ ਰੇਲਵੇ ਲਾਈਨ ਕਿਸੇ ਪਾਰਕ ਵਿੱਚ ਕਿਸੇ ਪੱਬ ਮੂਰੇ ਉਹਦੀ লাশ ਪਈ ਵੇਖ ਲੋਕ ਆਖਾਂ ਕੋਈ ਪਰਦੇਸਨ ਸੋਚਦੇ ਮੇਰਾ ਜੀ ਡੁੱਬਦਾ ਜਾ ਰਿਹਾ ਸੀ ਤੁਸੀਂ ਤਾਂ ਮੈਂ ਜੂਨ ਜੀ ਪਰੇਸ਼ਾਨ ਹੋ ਜਾਂਦੇ ਹੋ ਨੀਰ ਜਾ ਕਰਨ ਲਗੀ ਗੀਤਾ ਠੀਕ ਹੋ ਜਾਏਗੀ ਕੁਝ ਚਿਰ ਇੱਥੇ ਰਹਿ ਕੇ ਉਹਨੂੰ ਵੀ ਸਮਝ ਆ ਜਾਏਗੀ ਕਿ ਕੋਈ ਨਹੀਂ ਕਿਸੇ ਗਲ ਨਾਲ ਅਸਮਾਨ ਦੇਖ ਪੈਂਦਾ ਠੀਕ ਹੈ ਜੀ ਆਦਮੀ ਦਾ ਬਾਹਰ ਧੱਕੇ ਖਾਣ ਨੂੰ ਜੀ ਕਰਦਾ ਤੁਸੀਂ ਰੱਸਾ ਪਾ ਕੇ ਤਾਂ ਨਹੀਂ ਰੱਖ ਸਕਦੇ ਰੱਖਣਾ ਚਾਹੀਦਾ ਵੀ ਨਹੀਂ ਜਾਣਦੇ ਹੋ ਆਪੇ ਮੋੜਾ ਨਹੀਂ ਵੀ ਮੁਰੂ ਤਾਂ ਕੀ ਹੈ ਹੋਰ ਕੀ ਇਹ ਸਭ ਗੱਲਾਂ ਐਵੇਂ ਨਹੀਂ ਇੱਥੋਂ ਦੇ ਲੋਕ ਸਿਆਣੇ ਨੇ ਕੋਈ ਗੱਲ ਜੀ ਨੂੰ ਲਾਉਂਦੇ ਹੀ ਨਹੀਂ ਗੀਤਾ ਨੂੰ ਕੋਈ ਪੁੱਛੇ ਭਲਾਂ ਕੋਈ ਗੱਲ ਤੁਸੀਂ ਵੀ ਖਾਮ ਖਾ ਪਰੇਸ਼ਾਨ ਹੋਈ ਜਾ ਰਹੇ ਹੋ ਇਹ ਵੀ ਕੋਈ ਗੱਲਾਂ ਨਹੀਂ ਨੀਰ ਜਾਨੇ ਹਰਚੰਦਵਲ ਚਾ ਕੇ ਗਿਆ ਮੈਂ ਹੈਰਾਨ ਉਸ ਵੱਲ ਵੇਖਦੀ ਰਹੀ ਸ਼ਰਨ ਚਾਲੇ ਆ ਰਿਹਾ ਸੀ ਕਿ ਏਰੀਅਨ 에어ਵੇਸ ਦੇ ਮੁਸਾਫਰਾਂ ਲਈ ਅਨਾਉਂਸਮੈਂਟ ਹੋਈ ਜਹਾਜ਼ ਦੇ ਤੁਰੰਤ ਦਾ ਵੇਲਾ ਹੋ ਗਿਆ ਸੀ ਅੱਧੇ ਘੰਟੇ ਮਗਰੋਂ ਜਹਾਜ਼ ਆਪਣੀ ਤਕਰੀਬਨ 5000 ਮੀਲ ਦੀ ਲੰਮੀ ਉਡਾਰੀ ਤੇ ਉੱਡ ਪਿਆ ਸੀ ਅੰਗ 12ਵਾਂ ਅਖੀਰਲਾ ਅੰਗ ਅਗਲੇ ਵਾਰੇ ਨੀਰਜਾ ਜਦੋਂ ਵੀਰੇ ਦੇ ਵਿਆਹ ਤੇ ਆਈ ਤਾਂ ਸਭ ਤੋਂ ਪਹਿਲੀ ਗੱਲ ਮੈਂ ਉਹਨੂੰ ਗੀਤਾ ਬਾਰੇ ਪੁੱਛੀ ਕਿ ਉਹਦਾ ਕੀ ਹਾਲ ਹੈ ਉਹ ਮੇਰੇ ਮੂੰਹ ਵੱਲ ਵੇਖ ਕੇ ਹੱਸ ਪਈ ਤੇ ਫਿਰ ਆਖਣ ਲੱਗੀ ਉੱਥੇ ਦੇ ਡਾਕਟਰ ਭੈਣ ਜੀ ਬੜੇ ਸਿਆਣੇ ਨੇ गीता ठीक हो गई बिल्कुल कई महीने हो गए एक पबच काम कर रही है पब ਦਾ ਕੰਮ ਕੀ ਸਮਝੋ ਇੱਕ ਕਿਸਮ ਦੀ ਕਾਲ ਗਰਲ ਬਣ ਗਈ ਹੈ ਸ਼ਰਾਬ ਪੀਂਦੀ ਹੈ ਡਾਂਸ ਕਰਦੀ ਹੈ ਸਮਝੋ ਐਸ਼ ਕਰਦੀ ਹੈ ਵਾਲ ਕਟਾ ਲਏ ਸਿਗਰਟ ਹਰ ਵੇਲੇ ਹੱਥਾਂ 'ਚ ਹੁੰਦੀ ਹੈ ਹੁਣ ਤਾਂ ਪੂਰੀ ਮੇਮ ਬਣ ਗਈ ਨੀਰਜ ਨੇ ਸੱਜ ਪਾ ਨਾਲ ਦੱਸਿਆ ਮੈਨੂੰ ਜਿਵੇਂ ਇੱਕ ੱਤਕਾ ਜਿਹਾ ਲੱਗਿਆ ਜਿਵੇਂ ਕਿਧਰੇ ਪੁੱਛਾਲ ਆਇਆ ਹੋਵੇ ਮਨ ਕੀਤਾ ਗੀਤਾ ਨੂੰ ਆਵਾਜ਼ ਮਾਰਾਂ ਪਰ ਮੇਰੀ ਆਵਾਜ਼ ਉਸ ਤੱਕ ਨਹੀਂ ਸੀ ਪਹੁੰਚਣੀ ਉਹ ਤਾਂ ਬਹੁਤ ਦੂਰ ਲੰਘ ਗਈ ਸੀ ਧੰਨਵਾਦ ਸਮਾਪਤ